ਵਾਲੇਕੁਮ ਜੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਤੁਹਾਡਾ ਬਾਬਾ ਜੀ ਅੱਜ ਪਹੁੰਚਿਆ ਖਾਨਪੁਰ ਡੈਮ 'ਤੇ ਖਾਨਪੁਰ ਡੈਮ ਜਿਹੜਾ ਕਿ ਇੱਕ ਇਤਿਹਾਸਿਕ ਪੁਰਾਣੀ ਜਿਹੜੀ ਨਦੀ ਹੈ ਉਹਦੇ 'ਤੇ ਬਣਿਆ ਹੋਇਆ ਹੈ ਇਹ ਪਿੱਛੇ ਵਾਟਰ ਰਿਜ਼ਰਵਾਇਰ ਹੈ ਇਹਦੇ ਅੰਦਰ ਇੱਕ ਪੁਰਾਣਾ ਖਾਨਪੁਰ ਸ਼ਹਿਰ ਜਿਹੜਾ ਪੂਰਾ ਦਾ ਪੂਰਾ ਜ਼ਮੀਨ ਦੋਸਤ ਜਿਸ ਤਰ੍ਹਾਂ ਮਾਏ ਮੰਗਲਾ ਦੇ ਸ਼ਹਿਰ ਮੀਰਪੁਰ ਦੇ ਅੰਦਰ ਮੰਗਲਾ ਡੈਮ ਬਣਿਆ ਸੀ ਉਸੇ ਤਰ੍ਹਾਂ ਖਾਨਪੁਰ ਸਿਟੀ ਦੇ ਉੱਤੇ ਜਿਹੜਾ ਉਹ ਖਾਨਪੁਰ ਡੈਮ ਬਣਿਆ ਹੋਇਆ ਖਾਨਪੁਰ ਡੈਮ ਦੇ ਅਗਰ ਤੁਸੀਂ ਫੁੱਟਸਟੈਪਸ ਨੂੰ ਅਗਰ ਨੋਟ ਕਰਦੇ ਹੋ ਤਾਂ ਇਹ ਤਕਰੀਬਨ ਮੋਰ ਦੈਨ 480 BC ਉੱਧਰੋਂ ਮਹਾਤਮਾ ਬੁੱਧ ਦੀ ਪੈਦਾਇਸ਼ ਹੁੰਦੀ ਹੈ ਔਰ ਉੱਧਰੋਂ ਇਹ ਇਲਾਕੇ ਦੇ ਵਿੱਚ ਆਬਾਦੀ ਦੇ ਆਸਾਰ ਮਿਲਦੇ ਨੇ ਵੈਸੇ ਤਾਂ ਅਲੈਗਜ਼ੈਂਡਰ ਔਰ ਤਮਾਮ ਮੁਗਲ ਪੀਰੀਅਡ ਅਗਰ ਦੇਖੋ ਤੁਸੀਂ ਫਿਰ ਉਸ ਤੋਂ ਬਾਅਦ ਸਿੱਖ ਪੀਰੀਅਡ ਦੇਖੋ ਔਰ ਉਸ ਤੋਂ ਬਾਅਦ ਤੁਸੀਂ ਅਗਰ ਬ੍ਰਿਟਿਸ਼ ਅੰਪਾਇਰ ਨੂੰ ਦੇਖਦੇ ਹੋ ਤਾਂ ਤਮਾਮ ਦੇ ਤਮਾਮ ਜਿੰਨੇ ਵੀ ਅੰਪਾਇਰਸ ਨੇ ਉਹਨਾਂ ਦੇ ਫੁੱਟਸਟੈਪਸ ਜਿਹੜੇ ਨੇ ਬੜੇ ਸਟਰੋਂਗ ਵਾਈਡਲੀ ਇਸ ਏਰੀਏ ਦੇ ਵਿੱਚ ਮਿਲਦੇ ਨੇ ਲੇਕਿਨ ਅੱਜ ਕੱਲ੍ਹ ਜਿਹੜੀ ਖਾਸੀਅਤ ਹੈ ਮਰੀ ਦੇ ਪਹਾੜ ਔਰ ਮਰੀ ਦੀ ਬੈਕ ਸਾਈਡ ਵਾਲਾ ਏਰੀਆ ਔਰ ਹਰੀਪੁਰ ਦੀ ਕੁਝ ਸਾਈਡਸ ਜਿਹੜੀਆਂ ਨੇ ਮੌਜੂਦਾ ਮਾਰਗਲਾ ਦੈਟਸ ਇਨ ਅ ਐਂਸ਼ੀਅੰਟ ਟਾਈਮ ਦੈਟ ਕਾਲ ਆ ਮਾਰੀਗਲਾ ਮਾਰੀਗਲਾ ਐਂਡ ਰਾਈਟ ਸਾਈਡ ਕਾਲਡ ਤਕੀਸ਼ਾਲਾ ਤਕੀਸ਼ਾਲਾ ਐਂਡ ਨੋ ਡੇਸ ਕਾਲਡ ਆ ਤਕਸਲਾ ਰਾਜਾ ਅੰਬੀਸਰ ਔਰ ਰਾਜਾ ਅੰਬੀ ਦੀ ਸਟੇਟ ਆਮਦਰਬਨ ਹਰੀਪੁਰ ਹਰੀ ਸਿੰਘ ਨਲਵਾ ਦਾ ਵਸਾਇਆ ਹੋਇਆ ਸ਼ਹਿਰ ਔਰ ਉਹਦੇ ਨਾਲ ਹੀ ਤੁਹਾਨੂੰ ਅਗਰ ਮਿਲਣ ਤਾਂ ਬਹੁਤ ਜ਼ਿਆਦਾ ਸਾਰੇ ਤੁਹਾਨੂੰ ਬੁੱਧਿਸਟ ਡਰਾਇੰਗਸ ਜਿਹੜੀਆਂ ਨੇ ਅੱਜ ਕੱਲ੍ਹ ਉਹ ਇੱਥੇ ਅਵੇਲੇਬਲ ਨੇ ਇਹ ਨਾਲ ਨਾਲ ਤੁਸੀਂ ਅਗਰ ਡੈਮ ਦੇ ਕੋਰਨਰਸ ਦੇ ਉੱਤੇ ਵੀ ਚੱਲੋ ਜੋਲੀਆਂ ਹੈ ਬਾਦਲ ਹੈ ਫਿਰ ਉਸ ਤੋਂ ਬਾਅਦ ਜਿੰਨਾ ਵਾਲੀ ਟੇਰੀ ਹੈ ਇਹ ਸਾਰਾ ਕੁਛ ਜਿੰਨਾ ਵੀ ਹੈ ਤੁਹਾਨੂੰ ਉਹ ਇਸ ਏਰੀਏ ਦੇ ਵਿੱਚ ਮਿਲਦਾ ਔਰ ਇਹ ਬਿਲਕੁਲ ਤੁਸੀਂ ਦੇਖੋ ਨੀਟ ਐਂਡ ਕਲੀਨ ਵਾਟਰ ਜਿਹੜਾ ਹੈ ਇਹ ਡਰਿੰਕਿੰਗ ਵਾਟਰ ਹੈ ਡਰਿੰਕਿੰਗ ਵਾਟਰ ਹੈ ਜਿਹੜਾ ਕਿ ਤੁਹਾਨੂੰ ਖਾਨਪੁਰ ਡੈਮ ਦੇ ਵਿੱਚੋਂ ਮਿਲਦਾ ਹੈ ਇਹ ਟੈਕਸਲਾ ਨੂੰ ਵੀ ਜਾਂਦਾ ਹੈ ਔਰ ਇਸਲਾਮਾਬਾਦ ਨੂੰ ਵੀ ਇੱਥੋਂ ਇੱਕ ਲਾਈਨ ਜਿਹੜੀ ਹੈ ਉਹ ਕ੍ਰੋਸ ਕਰਦੀ ਹੈ ਡਰਿੰਕਿੰਗ ਵਾਟਰ ਵਾਸਤੇ ਕਿਉਂਕਿ ਇਸਲਾਮਾਬਾਦ ਨਿਊ ਸ਼ਹਿਰ ਵਸਾਇਆ ਗਿਆ ਸੀ ਅਯੂਬ ਖਾਨ ਨੇ ਕੈਪੀਟਲ ਬਣਾਇਆ ਲੇਕਿਨ ਇੱਥੇ ਸਭ ਤੋਂ ਜ਼ਿਆਦਾ ਵੱਡਾ ਮਸਲਾ ਜਿਹੜਾ ਸੀ ਉਹ ਸੀ ਵਾਟਰ ਰਿਜ਼ਰਵਾਇਰਸ ਨਹੀਂ ਸਨ ਪਾਣੀ ਦਾ ਜ਼ਖੀਰਾ ਨਹੀਂ ਸੀ ਹਿਲ ਸਟੇਸ਼ਨ ਹੋਣ ਪਾਰੋਂ ਇੱਥੇ 2-3 ਡੈਮ ਬਣਾਏ ਗਏ ਜਿਹੜੇ ਇੱਕ ਰਾਵਲ ਡੈਮ ਹੈ ਉਸਦੇ ਵੀ ਅਗਰ ਪਾਣੀ ਲੱਥਦਾ ਤਾਂ ਉਹਦੇ ਅੰਦਰ ਵੀ ਤੁਹਾਨੂੰ ਇਤਿਹਾਸਿਕ ਮੰਦਰ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਅਗਰ ਜਾਂਦੇ ਹੋ ਪਿੱਛੇ ਸਮਲੀ ਡੈਮ ਹੈ ਸਮਲੀ ਡੈਮ ਦੇ ਵਿੱਚ ਅਗਰ ਤੁਸੀਂ ਜਾਓ ਤਾਂ ਸਮਲੀ ਡੈਮ ਦੇ ਵਿੱਚ ਵੀ ਤੁਹਾਨੂੰ ਇੱਕ ਪਿੰਡ ਦੋ ਪਿੰਡ ਜਿਹੜੇ ਨੇ ਤੁਹਾਨੂੰ ਅੰਡਰ ਵਾਟਰ ਨਜ਼ਰ ਆਉਂਦੇ ਨੇ ਇੱਥੇ ਤਾਂ ਪੂਰਾ ਦਾ ਪੂਰਾ ਖਾਨਪੁਰ ਸ਼ਹਿਰ ਜਿਹੜਾ ਉਹ ਅੰਡਰ ਵਾਟਰ ਹੈ ਜਦੋਂ ਡਰਾਈ ਹੁੰਦਾ ਵਿੱਚ ਮਸਜਿਦਾਂ ਮੰਦਿਰ ਧਰਮਸ਼ਾਲਾ ਸਭ ਕੁਝ ਤੁਹਾਨੂੰ ਜਿਹੜਾ ਉਹ ਦਿਖਦਾ ਹੈ ਅਤੇ ਮੈਂ ਅੱਜ ਆਪਣੇ ਦੋਸਤਾਂ ਦੇ ਨਾਲ ਆਇਆ ਸੀ ਇੱਥੇ ਥੋੜ੍ਹੀ ਜਿਹੀ ਆਊਟਿੰਗ ਕਰਨ ਵਾਸਤੇ ਅਤੇ ਨਾਲ ਨਾਲ ਮੈਂ ਕਿਹਾ ਸੀ ਕਿ ਮੈਂ ਬੁੱਧਿਸਟ ਜਿਹੜੇ ਫੁੱਟਸਟੈਪਸ ਨੇ ਉਹਨਾਂ ਨੂੰ ਵੀ ਕਿਉਂਕਿ ਕੁਝ ਲੋਕਾਂ ਦਾ ਕਿਲਾ ਸੀ ਕਿ ਤੁਸੀਂ ਸਿਰਫ ਸਿੱਖ ਪੀਰੀਅਡ ਦੇ ਉੱਤੇ ਔਰ ਹਿੰਦੂਇਜ਼ਮ ਦੇ ਉੱਤੇ ਕੰਮ ਕਰ ਰਹੇ ਹੋ ਤੁਸੀਂ ਜਿਹੜਾ ਹੈ ਬੁੱਧਿਸਟ ਸਟੂਪਾਸ ਜਿਹੜੇ ਨੇ ਜੈਨ ਮੰਦਿਰਸ ਨੇ ਉਹ ਵੀ ਨਹੀਂ ਹਾਂ ਅਨਕਰੀਬ ਮੈਂ ਜੈਨਸ ਦੇ ਉੱਤੇ ਵੀ ਕੰਮ ਕਰਾਂਗਾ ਔਰ 26 ਜਿਹੜੇ ਮੰਦਿਰਸ ਨੇ ਉਹਨਾਂ ਨੂੰ ਟਰਾਈ ਕਰਾਂਗਾ ਕਿ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਮੈਂ ਹਾਂ ਤੁਹਾਡਾ ਆਪਣਾ ਹੌਸਲਾ ਜੀ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਕਲਚਰ ਐਂਡ ਹੈਰੀਟੇਜ ਐਂਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਤਮਾਮ ਵਿਜਨ ਲੈ ਕੇ ਅੱਜ ਮੈਂ ਪਹੁੰਚਿਆ ਹਾਂ ਖਾਨਪੁਰ ਡੈਮ ਦੇ ਉੱਤੇ ਔਰ ਅੱਜ ਮੈਂ ਕਰਨਾ ਚਾਹ ਰਿਹਾ ਸਾਂ ਇੰਜੋਏ ਲੰਬੀ ਰੈਸਟ ਦੇ ਉੱਤੇ ਨਿਕਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਜਿਹੜਾ ਫੁੱਲ ਸਿਰਫ ਔਰ ਸਿਰਫ ਮੌਜ ਮਸਤੀ ਹੈ ਇਸ ਤੋਂ ਜ਼ਿਆਦਾ ਔਰ ਕੁਛ ਨਹੀਂ ਹੈ ਤਾਂ ਦੇਖਦੇ ਰਹੋ ਫਿਰ ਪੰਜਾਬੀ ਕਲਚਰ ਐਂਡ ਹੈਰੀਟੇਜ